ਤਾਮਿਲਨਾਡੂ ਦੇ ਸਿਵਾਂਗਈ ਜ਼ਿਲ੍ਹੇ ਦੇ ਸਿਲਾਈਗ੍ਰਾਮਾ ਦੇ ਵਿੱਚ ਹੈ ਮਸਜਿਦ ਏ ਇਲਾਹੀ। ਜਦੋਂ ਇਹ ਬਣ ਕੇ ਤਿਆਰ ਹੋਈ ਤਾਂ ਪਿੰਡ ਦੇ ਵਿੱਚ ਸਭ ਨੂੰ ਸੱਦਾ ਭੇਜਿਆ ਗਿਆ ਅਤੇ ਸਭ ਲੋਕ ਇਕੱਠੇ ਆਏ ਤੇ ਤੋਹਫੇ ਵੀ ਲਿਆਏ। ਹਿੰਦੂ ਪਾਣ ਦੇ ਪੱਤੇ ਲੈ ਕੇ ਆਏ ਤਾਂ ਈਸਾਈ ਫਲ ਤੇ ਮੋਮਬੱਤੀਆਂ ਲੈ ਕੇ ਪਹੁੰਚੇ ਅਤੇ ਮੁਸਲਮਾਨਾਂ ਨੇ ਦਿਲ ਖੋਲ ਕੇ ਉਹਨਾਂ ਦਾ ਮਸਜਿਦ ਦੇ ਵਿੱਚ ਸਵਾਗਤ ਕੀਤਾ। ਮਸਜਿਦ ਦੇ ਬਾਹਰ ਹਿੰਦੂਆਂ ਨੇ ਲੋਕਾਂ ਨੂੰ ਪਾਣੀ ਤੇ ਕੋਲਡ ਡਰਿੰਕ ਪਿਆਈ। ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਜਦੋਂ ਵੱਖ ਵੱਖ ਧਰਮਾਂ ਦੇ ਲੋਕ ਇਕੱਠੇ ਹੋਏ ਹਨ। ਪਿੰਡ ਦੇ ਵਿੱਚ ਹਰ ਭਾਈਚਾਰੇ ਦੇ ਲੋਕ ਮਿਲ ਜੁਲ ਕੇ ਰਹਿੰਦੇ ਨੇ। ਇੱਥੇ 7000 ਤੋਂ ਵੱਧ ਲੋਕਾਂ ਨੂੰ ਬੁਲਾਇਆ ਗਿਆ ਸੀ, ਸਭ ਨੂੰ ਖਾਣਾ ਖਵਾਇਆ ਗਿਆ। ਮੈਂ ਇੱਥੇ ਆ ਕੇ ਬਹੁਤ ਭਾਵੁਕ ਹੋ ਗਿਆ ਹਾਂ। ਸਾਰੇ ਧਰਮਾਂ ਦੇ ਲੋਕਾਂ ਨੂੰ ਇੱਥੇ ਦੇਖ ਕੇ ਮਸਜਿਦ ਦੇ ਇਮਾਮ ਵੀ ਖੁਸ਼ ਹੋ ਗਏ। ਹਰ ਕਿਸੇ ਨੇ ਇਸ ਵਿੱਚ ਹਿੱਸਾ ਲਿਆ, ਕੁਝ ਨਾ ਕੁਝ ਦਾਨ ਕੀਤਾ, ਕੋਈ ਪਾਣੀ ਲੈ ਕੇ ਆਇਆ ਤਾਂ ਕਿਸੇ ਨੇ ਆਤਿਸ਼ਬਾਜ਼ੀ ਕੀਤੀ, ਕਿਸੇ ਨੇ ਸਫਾਈ ਕੀਤੀ, ਕਿਸੇ ਨੇ ਇਸ ਥਾਂ ਨੂੰ ਰੋਸ਼ਨ ਕੀਤਾ। ਸਾਨੂੰ ਤਾਂ ਲੱਗਿਆ ਜਿਵੇਂ ਇਹ ਸਾਡਾ ਪਿੰਡ ਨਾ ਹੋ ਕੇ ਜੰਨਤ ਹੈ। ਇੱਥੇ ਰਹਿਣ ਵਾਲੀ ਸਿਸਟਰ ਮਾਰੀਆ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪਿੰਡ ਉੱਤੇ ਨਾਜ਼ ਹੈ। ਅਸੀਂ ਇਸ ਪਿੰਡ ਵਿੱਚ ਬਹੁਤ ਖੁਸ਼ ਹਾਂ, ਸੁਰੱਖਿਅਤ ਹਾਂ। ਸਾਡੇ ਇੱਥੇ ਕਦੀ ਵੀ ਦੋ ਭਾਈਚਾਰਿਆਂ ਵਿਚਾਲੇ ਤਣਾਅ ਨਹੀਂ ਹੁੰਦਾ, ਅਸੀਂ ਸਭ ਮਿਲ ਜੁਲ ਕੇ ਰਹਿੰਦੇ ਹਾਂ। ਮਸਜਿਦ ਦੇ ਅੰਦਰ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਨੂੰ ਗਲੇ ਲਗਾਉਂਦੇ ਨੇ। ਉਹ ਚਾਹੁੰਦੇ ਨੇ ਕਿ ਇਹ ਪਿਆਰ ਪੀੜ੍ਹੀ ਦਰ ਪੀੜ੍ਹੀ ਬਰਕਰਾਰ ਰਹੇ।